ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਕਣਕ ਦੇ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਸੰਨ 2024 ਦੇ ਵਿੱਚ ਵੀ ਆ ਗਿਆ। ਮੈਂ ਵੀਡੀਓ ਰਿਕਾਰਡ ਕਰ ਰਿਹਾ ਹੈਗਾ 12 ਨਵੰਬਰ 2024 ਨੂੰ, ਅਤੇ ਹੁਣ ਤੱਕ ਕਈ ਕੇਸ ਆ ਗਏ ਕਿ ਸੁਪਰ ਸੀਡਰ ਨਾਲ ਬੀਜੀ ਕਣਕ ਦੇ ਵਿੱਚ ਸੁੰਡੀ ਦਾ ਹਮਲਾ ਹੋ ਗਿਆ। ਅੱਜ ਇਹ ਕੇਸ ਇਹ ਵੀ ਆਇਆ ਕਿ ਚਰੀ ਵਾਲੇ ਖੇਤ ਦੇ ਵਿੱਚ ਪਰਾਲੀ ਨਹੀਂ ਸੀਗੀ, ਉੱਥੇ ਕਣਕ ਗੇਤੀ ਬੀਜੀ ਸੀ, ਉਹ 'ਚ ਸੁੰਡੀ ਆ ਗਈ। ਤਾਂ ਆਪਾਂ ਇੱਥੇ ਗੱਲ ਕਰਾਂਗੇ ਕਿ ਜਿਹੜੀ ਇਹ ਸੁੰਡੀ ਹੈ ਇਹਦਾ ਆਪਾਂ ਕੰਟਰੋਲ ਕਿਵੇਂ ਕਰਨਾ, ਇਹ ਸੁੰਡੀ ਦੇ ਕੰਟਰੋਲ ਲਈ ਆਪਾਂ ਕੀ ਕਰ ਸਕਦੇ ਹਾਂ, ਕਿਹੜੇ ਕਿਹੜੇ ਸਪਰੇ ਕਰ ਸਕਦੇ ਹਾਂ। ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਲਖਾ ਜੀ, ਤੁਸੀਂ ਆਪਣਾ ਯੂਟਿਊਬ ਚੈਨਲ ਮੇਰੀ ਖੇਤੀ ਮੇਰਾ ਕਿਸਾਨ ਜਾਂ ਫੇਸਬੁੱਕ ਪੇਜ ਮੇਰਾ ਪੰਜਾਬ ਮੇਰਾ ਕਿਸਾਨ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ, ਫੋਲੋ ਕਰ ਸਕਦੇ। ਸਮੱਸਿਆ ਭਿਆਨਕ ਹੈ, ਪਿਛਲੇ ਸਾਲ ਬਹੁਤ ਵੱਡਾ ਨੁਕਸਾਨ ਹੋਇਆ ਸੀ। ਜੇ ਐਕਟਰੀ ਵੈਸੇ ਤਰੀਕੇ ਨਾਲ ਚੱਲਿਆ ਜਿਵੇਂ ਤਾਪਮਾਨ ਉੱਚਾ ਬਣਿਆ ਹੋਇਆ ਸੀਗਾ, ਦੁਬਾਰਾ ਫਿਰ ਤਾਪਮਾਨ ਵਧਣ ਦੀ ਸੰਭਾਵਨਾ ਹੈ, ਤਾਂ ਇਹ ਨੁਕਸਾਨ ਕਰ ਸਕਦੀ ਹੈ, ਇਹ 'ਚ ਕੋਈ ਦੋ ਰਾਏ ਨਹੀਂ। ਮੇਰੀ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਚਰੀ ਵਾਲੇ ਖੇਤ 'ਚ ਵੀ ਆ ਗਈ, ਵੀਰ ਨੇ ਸੁਪਰ ਸੀਡਰ ਨਾਲ ਅੱਗ ਲਾ ਕੇ ਕਣਕ ਬੀਜੀ ਫਿਰ ਵੀ ਆ ਗਈ, ਇਹਦਾ ਸਿੱਧਾ ਸਿੱਧਾ ਸੰਬੰਧ ਪਰਾਲੀ ਨਾਲ ਨਹੀਂ ਹੈਗਾ। ਜਿੱਥੇ ਤੁਹਾਡੇ ਏਰੀਏ ਦੇ ਵਿੱਚ ਬਾਸਮਤੀ ਦੀ ਫਸਲ ਖੜੀ ਹੈ ਅਤੇ ਬਾਸਮਤੀ ਦੇ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਹੈਗਾ, ਉੱਥੇ ਤੁਸੀਂ ਬਾਸਮਤੀ ਬਰਾਬਰ ਖੜੀ ਹੈ ਨਾਲ ਕਣਕ ਬੀਜੀ ਗਈ, ਤਾਂ ਬਾਸਮਤੀ ਤੋਂ ਜਿਹੜਾ ਹੈਗਾ ਭੁਮੱਕੜ ਤੁਹਾਡੀ ਕਣਕ 'ਤੇ ਆਇਆ ਅਤੇ ਕਣਕ ਦੇ ਵਿੱਚ ਉਹਦਾ ਅਟੈਕ ਹੋਣਾ ਸ਼ੁਰੂ ਹੋ ਗਿਆ। ਪਹਿਲਾਂ ਬੇਨਤੀ ਕੀਤੀ ਸੀ ਇਸੇ ਸਾਲ ਕਣਕ ਬੀਜਣ ਤੋਂ ਕਿ ਭਾਈ ਜਿਹੜੇ ਏਰੀਏ 'ਚ ਸੁੰਡੀ ਦਾ ਹਮਲਾ ਪਿਛਲੇ ਸਾਲ ਹੋਇਆ ਸੀਗਾ, ਉਹ ਕਿਸਾਨ ਵੀਰ ਉਸ ਏਰੀਏ ਨੂੰ ਥੋੜ੍ਹਾ ਸੰਭਲ ਕੇ ਚੱਲਣ, ਕਣਕ ਛੇਤੀ ਬੀਜਣ, ਪਰੰਤੂ ਫਿਰ ਵੀ ਜਿਹੜਾ ਹੈਗਾ ਇਹ ਹਮਲਾ ਹੋ ਗਿਆ। ਹੁਣ ਹੋ ਗਿਆ ਤਾਂ ਇਹਦੇ 'ਚ ਕੀ ਕਰੀਏ? ਠੀਕ ਹੈ, ਤਾਂ ਇਹਦੇ ਵਿੱਚ ਪਹਿਲੀ ਗੱਲ ਜਿਹੜੀ ਆਪਾਂ ਕਰਦੇ ਹਾਂ, ਦੇਖੋ ਜਿੱਥੇ ਤਾਂ ਕਣਕ ਨੂੰ ਪਾਣੀ ਲਾਉਣ ਦਾ ਟਾਈਮ ਆ ਗਿਆ, ਤਾਂ ਉਹ ਕਿਸਾਨ ਵੀਰ ਇੱਕ ਚੀਜ਼ ਦਾ ਧਿਆਨ ਰੱਖਣ ਕਿ ਪਾਣੀ ਕਣਕ ਨੂੰ ਦਿਨੇ ਹੀ ਲਾਉਣ, ਕਿਉਂਕਿ ਜਦੋਂ ਕਣਕ ਨੂੰ ਪਾਣੀ ਲੱਗਦਾ ਹੈ ਤਾਂ ਇਹ ਸੁੰਡੀ ਸਾਰੀ ਬਾਹਰ ਆ ਜਾਂਦੀ। ਦੇਖੋ ਸੁੰਡੀ ਕੀ, ਦੇਖੋ ਨਾ ਜ਼ਮੀਨ ਦੇ ਵਿੱਚ ਮੈਂ ਕੱਢੀ ਹੈ, ਜਦੋਂ ਤੁਸੀਂ ਇਹਨੂੰ ਪਾਣੀ ਲਾਤਾ ਇਹ ਸਾਰੀ ਸਾਰੀ ਬਾਹਰ ਆ ਜਾਂਦੀ ਹੈ। ਜਦੋਂ ਬਾਹਰ ਆਈ ਤਾਂ ਉਸ ਤੋਂ ਬਾਅਦ 'ਚ ਦਿਨੇ ਇਹਨੂੰ ਪੰਛੀ ਜਿਹੜੇ ਹੈਗੇ ਬਗਲੇ ਚੁੱਕ ਚੁੱਕ ਕੇ ਜਿਹੜਾ ਹੈਗਾ ਖਾ ਜਾਂਦੇ, ਕਾਫ਼ੀ ਹੱਦ ਤੱਕ ਕੰਟਰੋਲ ਹੋ ਜਾਂਦੀ ਹੈ। ਇੱਕ ਨਾ ਮੈਂ ਆਪਣੇ ਕਿਸਾਨ ਦਾ ਤਜਰਬਾ ਦੱਸਦਾ, ਪਿਛਲੇ ਸਾਲ ਦਾ ਬਹੁਤ ਸੋਹਣਾ ਤਜਰਬਾ ਕਿਸਾਨ ਵੀਰ ਦਾ। ਉਹਨਾਂ ਨੇ ਕੀ ਕੀਤਾ ਕਿ ਪਾਣੀ ਲਾਤਾ, ਜਦੋਂ ਪਾਣੀ ਲਾਇਆ ਤਾਂ ਕਿਸਾਨ ਵੀਰ ਨੇ ਦੇਖਿਆ ਕਿ ਸਾਰੀ ਸੁੰਡੀ ਤਾਂ ਬਾਹਰ ਆ ਕੇ ਪੱਤਿਆਂ 'ਤੇ ਚੜ੍ਹ ਗਈ, ਪਰਾਲੀ 'ਤੇ ਚੜ੍ਹ ਗਈ। ਤਾਂ ਕਿਸਾਨ ਵੀਰ ਨੇ ਆਪਣੇ ਘਰੇ ਕਲੋਰੋ ਸਾਈਪਰ ਪਈ ਸੀ ਉਹਦੇ, ਅਤੇ ਕਲੋਰੋ ਤਾਂ ਸਾਈਪਰ ਜਿਹਨੂੰ ਤੁਸੀਂ 505 ਵਗੈਰਾ ਕਹਿੰਦੇ ਹੋ, ਉਹ ਲੈ ਕੇ ਜਿਹੜਾ ਹੈਗਾ 400 ml ਕਿੱਲੇ ਦਾ ਟੈਂਕੀ ਦੇ ਹਿਸਾਬ ਨਾਲ ਸਪਰੇ ਕਰਤਾ। ਸਪਰੇ ਕਦੋਂ ਕੀਤਾ? ਖੇਤ ਦੇ ਵਿੱਚ ਪਾਣੀ ਖੜ੍ਹਾ ਖੇਤ ਦੇ ਵਿੱਚ, ਅਤੇ ਸੁੰਡੀ ਸਾਰੀ ਜਿਹੜੀ ਕਿ ਤਾਂ ਚੜੀ ਪਈ ਹੈ, ਤਾਂ ਉਹਨੇ ਸਪਰੇ ਕਰਤਾ, ਸਾਰੀ ਸੁੰਡੀ ਬਾਹਰ ਸੀ, ਸੁੰਡੀ ਦੇ ਉੱਤੇ ਜਿਹੜਾ ਹੈਗਾ ਸਾਈਪਰ ਵੱਜੀ ਜਿਹੜਾ ਹੈਗਾ ਬੁੜਕਦੀ ਬੁੜਕਦੀ ਸਾਰੀ ਸੁੰਡੀ ਮਰ ਗਈ, ਬਿਲਕੁਲ ਕੰਟਰੋਲ ਹੋ ਗਿਆ। ਪਰੰਤੂ ਜੇ ਹੀ ਸਪਰੇ ਤੁਸੀਂ ਜਦੋਂ ਹੁਣ ਪਾਣੀ ਸੁੱਕਿਆ ਜਿਵੇਂ ਇਸ ਖੇਤ 'ਚ ਹੁਣ ਕਰੋਗੇ, ਤਾਂ ਸੁੱਕਣ ਵੇਲੇ ਤਾਂ ਪਾਣੀ ਵੇਲੇ ਸੁੰਡੀ ਫਿਰ ਥੱਲੇ ਵੜ ਗਈ, ਫਿਰ ਥੋੜ੍ਹੇ ਕਲੋਰੋ ਸਾਈਪਰ ਨੇ ਕੰਮ ਕਰਨਾ। ਇਸ ਚੀਜ਼ ਦਾ ਧਿਆਨ ਰੱਖਿਓ ਜੋ, ਇਹਦੀ ਸਿਫਾਰਸ਼ ਕੋਈ ਨਹੀਂ, ਲੇਕਿਨ ਕਿਸਾਨਾਂ ਦਾ ਤਜਰਬਾ ਬਹੁਤ ਸੋਹਣੇ ਰਿਜ਼ਲਟ ਦਿੱਤੇ ਹੈ। ਪਰੰਤੂ ਸੁੰਡੀ ਤਾਂ ਹੋਣਾ ਹੀ ਹੈ, ਪਾਣੀ ਤਾਂ ਇਹ ਲੱਗਣਾ ਨਹੀਂ ਗਾ, ਕਣਕ ਤਾਂ ਇਹ ਦੱਸ ਦਿੰਦੀ ਹੈ ਨਾ, ਫਿਰ ਉੱਥੇ ਕੀ ਕਰੀਏ? ਤਾਂ ਉੱਥੇ ਦੇਖੋ, ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਸਿਫਾਰਸ਼ ਕਰਦੀ ਸੀ, ਆਪਾਂ ਪਿਛਲੇ 5-6 ਸਾਲਾਂ ਤੋਂ ਕਿਸਾਨਾਂ ਤੋਂ ਸਪਰੇ ਕਰਾ ਰਹੇ ਹਾਂ, ਇਹ ਏਕਾ ਲਕਸ ਵਾਲਾ ਸਾਲਟ ਕਿਊਨੋਲ ਫੋਸ 25 EC, ਇਹਦਾ ਜਿਹੜਾ ਹੈਗਾ 75 ਲੀਟਰ ਪਾਣੀ 'ਚ 500 ml ਪਾ ਕੇ ਕਿਸਾਨ ਵੀਰ ਬਹੁਤ ਸੋਹਣੇ ਰਿਜ਼ਲਟ ਲੈ ਰਹੇ ਸੀਗੇ।
ਸਾਰੀ ਸੁੰਡੀ ਜਿਹੜੀ ਹੈਗੀ ਮਾਰ ਦਿੰਦੀ ਸੀ, ਜਿਹੜੀ ਆ ਜ਼ਮੀਨ ਦੇ ਵਿੱਚ ਹੀ ਵੜੀ ਬੈਠੀ ਹੈ, ਇਹ ਵੀ ਮਰ ਜਾਂਦੀ ਹੈ। ਕਣਕ ਵੱਡੀ ਹੈ, 100 ਲੀਟਰ ਪਾਣੀ ਲਾ ਰਹੇ ਹੋ, 800 ml ਦਵਾਈ ਜਿਹੜੀ ਹੈਗੀ ਉੱਥੇ ਕਿਸਾਨ ਵਰਤ ਰਹੇ ਹੈ, ਤਾਂ ਉਹਦਾ ਰਿਜ਼ਲਟ ਹੈ ਛੋਟੀ ਅਤੇ ਸਪਰੇਅ ਘੱਟ ਪੈ ਜੂਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਜਿਹੜਾ ਆਪਣੇ ਕਿਸਾਨਾਂ ਨੇ ਪਿਛਲੇ ਸਾਲ ਤਜਰਬਾ ਕੀਤਾ, ਮੈਂ ਦੋਵੇਂ ਰਲਾ ਕੇ ਗੱਲ ਕਰ ਰਿਹਾ, ਕਿਸਾਨਾਂ ਨੇ ਪਿਛਲੇ ਸਾਲ ਕੋਰਾਜਿਨ ਵੀ ਕੀਤੀ, ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਕੋਰਾਜਿਨ 50 ml। ਹੁਣ ਮੈਂ ਕੰਪਨੀ ਦਾ ਨਾਮ ਲੈ ਬੈਠਾ ਹੈ, ਇਹ ਕੋਰਾਜਿਨ ਵਾਲਾ ਸਾਲਟ, ਠੀਕ ਹੈ, ਕੋਰਾਜਿਨ ਵਾਲਾ ਸਾਲਟ ਜਿਹੜਾ ਹੈਗਾ ਉਹ ਤੁਸੀਂ 50 ml ਕਿੱਲੇ ਦਾ ਲੈ ਕੇ ਉਹਦਾ ਸਪਰੇਅ ਤੁਸੀਂ ਕਰ ਸਕਦੇ ਹੋ, ਉਹਦੇ ਨਾਲ ਜਿਹੜਾ ਹੈਗਾ ਇਹ ਮਰ ਜਾਏਗੀ। ਕਈ ਜਗ੍ਹਾ ਤੇ ਕਿਸਾਨ ਵੀ ਕਹਿ ਰਹੇ ਕਿ ਪੱਤੇ ਵੀ ਬਹੁਤ ਖਾਲੇ ਸੁੰਡੀ ਨੇ, ਜਿੱਥੇ ਪੱਤੇ ਖਾਲੇ ਉੱਥੇ ਦੀ ਡੋਜ਼ 40 ml ਹੀ ਬਹੁਤ ਹੈ, ਜੇ ਨਾਲ ਤਨੇ ਵਾਲੀ ਸੁੰਡੀ ਇਹ 50 ml ਬਹੁਤ ਹੈ। ਠੀਕ, ਇਹਦੇ ਤੋਂ ਬਿਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਿਫਾਰਿਸ਼ ਕਰਦੀ ਹੈ ਕਿ ਤੁਸੀਂ ਜਿਹੜਾ ਹੈਗਾ ਪਾਣੀ ਜਦੋਂ ਖੇਤ ਪਹਿਲਾਂ ਲਾਉਣਾ, ਪਾਣੀ ਲਾਉਣ ਤੋਂ 2 ਕੁ ਦਿਨ ਪਹਿਲਾਂ 1 ਲੀਟਰ ਕਲੋਰੋ ਜਾਂ 7 ਕਿਲੋ ਫਿਪਰੋਨਿਲ ਵਾਲਾ ਸਾਲਟ, ਫਿਪਰੋਨਿਲ ਵਾਲਾ ਸਾਲਟ, ਠੀਕ ਹੈ, ਉਹਨੂੰ ਤੁਸੀਂ 20 ਕਿਲੋ ਸਲਾਬੀ ਮਿੱਟੀ 'ਚ ਰਲਾ ਕੇ ਕਿੱਲੇ ਦਾ ਛਿੱਟਾ ਦੇ ਦਿਓ, ਉਹਦੇ ਨਾਲ ਕਹਿੰਦੇ ਕਿ ਕਾਫੀ ਕੰਟਰੋਲ ਹੋ ਜਾਂਦੀ ਹੈ। ਪਰੰਤੂ ਜਿਹੜੇ ਸਾਡੇ ਬੰਦਿਆਂ ਨੇ ਰਿਜ਼ਲਟ ਲਏ ਹੈ, ਉਹਨਾਂ ਦੇ ਕੋਰਾਜਿਨ ਵਾਲੇ ਸਾਲਟ ਦਾ ਰਿਜ਼ਲਟ ਬਹੁਤ ਸੋਹਣਾ ਹੈਗਾ, ਆਪਣਾ ਏਕਾਲਕਸ ਵਾਲੇ ਸਾਲਟ ਦਾ ਰਿਜ਼ਲਟ ਬਹੁਤ ਵਧੀਆ ਹੈਗਾ, ਅਤੇ ਜਿਹੜਾ ਜਮਾਂ ਸਿਰਾ ਰਿਜ਼ਲਟ ਹੈਗਾ ਉਹ ਤਾਂ ਕਿਸਾਨਾਂ ਨੂੰ ਉਹ ਮਿਲਿਆ ਜਿਹਦੇ ਵਿੱਚ ਖੇਤ 'ਚ ਪਾਣੀ ਭਰਿਆ, ਪਾਣੀ ਭਰਨ ਤੋਂ ਬਾਅਦ ਕਿਆਰਾ ਬੰਦ ਕੀਤਾ, ਸੁੰਡੀ ਸਾਰੀ ਬਾਹਰ ਆ ਗਈ ਅਤੇ ਨਾਲ ਹੀ ਟੈਂਕੀ ਰੱਖੀ, ਉਹ ਅਤੇ ਸਪਰੇਅ ਮਾਰਿਆ ਤੋਂ ਸਿਰੇ ਦਾ ਸਿਰਾ ਕੰਮ ਕਰਕੇ। ਬਾਕੀ ਇਹ ਕਣਕ ਜਿਹੜੀ ਤਾਂ ਹੁਣ ਪੈ ਗਈ 10 ਦਿਨ ਦੀ ਨੂੰ, 10 ਦਿਨ ਵਾਲੀ ਨਹੀਂ ਪੁੱਟਣੀ, ਪਰੰਤੂ ਜਿਵੇਂ ਆਹ ਕਣਕ ਦੀ ਸਟੇਜ ਹੈ, ਇਸ ਸਟੇਜ 'ਤੇ ਜਿੱਥੇ ਕਿਤੇ ਸੁੰਡੀ ਪੈਂਦੀ ਹੈ, ਸੁੰਡੀ ਜਿਹੜਾ ਮਰ ਜਾਂਦੀ ਹੈ, ਹੇਠਲੇ ਪਾਸੋਂ ਕਣਕ ਫੁੱਟ ਆਉਂਦੀ ਹੈ, ਕਣਕ ਪਟਾਰਾ ਕਰ ਲੈਂਦੀ ਹੈ। ਪਰੰਤੂ ਇੱਕ ਗੱਲ ਇੱਥੇ ਹੋਰ ਹੈ, ਜਿਹੜੀ ਇਹ ਸੁੰਡੀ ਹੈਗੀ ਹੈ, ਇਹ ਸੁੰਡੀ ਜਿਵੇਂ ਅੱਗੇ ਤਾਪਮਾਨ ਘਟੂਗਾ ਉਦੋਂ ਆਪਣੇ ਆਪ ਕੰਟਰੋਲ ਹੋ ਜੂਗੀ। ਵੱਡੀ ਗੱਲ ਇਹ ਹੈਗੀ ਹੈ ਕਿ ਜੇ ਤੁਸੀਂ ਸਪਰੇਅ ਕਰਦੇ ਹੋ ਤਾਂ ਸੁੰਡੀ ਜਲਦੀ ਤੁਹਾਨੂੰ ਮਰਦੀ ਨਹੀਂ, ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਜਿਹੜੀ ਤਾਂ ਨਿੱਕੀ ਸੁੰਡੀ ਹੈ ਇਹ ਤਾਂ ਮਰ ਜੂਗੀ, ਜਿਹੜਾ ਮੋਟਾ ਸੁੰਡ ਹੈ, ਮੋਟਾ ਮੋਟਾ ਸੁੰਡ ਨਾ ਕੁਛ ਖਾਵੇ ਅਤੇ ਨਾ ਕੁਛ ਪੀਵੇ, ਅਤੇ ਉਹ ਜਿਹੜਾ ਹੈਗਾ ਸੁਸਤ ਜਿਹਾ ਹੋਇਆ ਪਿਆ ਰਹਿੰਦਾ ਹੈ, ਅਤੇ ਹੱਥ ਲਾਊਂਗੇ ਹਿੱਲੂਗਾ ਜ਼ਰੂਰ, ਪਰੰਤੂ ਉਹ ਜੋ ਖਾਂਦਾ ਹੀ ਨਹੀਂ ਤਾਂ ਮਰੂਗਾ ਕਿਵੇਂ। ਤਾਂ ਕਿਸਾਨ ਵੀ ਸਪਰੇਅ 'ਤੇ ਸਪਰੇਅ ਕਰੀ ਜਾਂਦਾ, ਜਿਹੜਾ ਮੋਟਾ ਸੁੰਡ ਹੈਗਾ ਉਹਨੂੰ ਦੇਖ ਕੇ ਪਰੇਸ਼ਾਨ ਹੋਈ ਜਾਂਦਾ, ਮੋਟੇ ਸੁੰਡ ਪਿੱਛੇ ਜ਼ਿਆਦਾ ਪਰੇਸ਼ਾਨ ਨਹੀਂ ਹੋਣਾ, ਛੋਟੀ ਸੁੰਡੀ ਜਿਹੜੀ ਹੈਗੀ ਹੈ ਇਹ ਮਰ ਜਾਏ ਤਾਂ ਚੰਗੀ ਗੱਲ ਹੈਗੀ ਹੈ। ਬਾਕੀ ਜੇ ਕਿਸੇ ਖੇਤ ਦੇ ਵਿੱਚ ਜ਼ਿਆਦਾ ਤੌੜੀਆਂ ਪੈ ਗਈਆਂ ਤਾਂ ਫਿਰ ਵੀ ਪਾਣੀ ਸਮੇਂ ਜਿਹੜਾ ਹੈਗਾ ਆਪਾਂ ਨੂੰ ਛਿੱਟਾ ਦੇਣਾ ਪੈਣਾ ਹੈ। ਪਰੰਤੂ ਮੇਰੀ ਹੱਥ ਜੋੜ ਕੇ ਬੇਨਤੀ ਹੈ ਹੁਣ ਵੀ ਤੁਹਾਨੂੰ ਕਿ ਜਿੱਥੇ ਖੇਤ ਦੇ ਵਿੱਚ ਬਰਾਬਰ ਜਿਹੜਾ ਹੈਗਾ ਬਾਸਮਤੀ ਖੜੀ ਹੈ, ਉਹਨਾਂ ਖੇਤਾਂ ਦੇ ਵਿੱਚ ਆਪਾਂ ਕਣਕ ਬੀਜ ਰਹੇ ਹਾਂ ਤਾਂ ਉਹ ਗਲਤ ਹੈ। ਭਾਵੇਂ ਕਿ ਟਾਈਮ ਆ ਗਿਆ ਹੈ, ਆਪਾਂ ਕਹਿੰਦੇ ਕਿ 15 ਤੋਂ 20 ਨਵੰਬਰ ਦੇ ਵਿਚਾਲੇ ਕਣਕ ਬੀਜੋ ਜਿਹੜੇ ਖੇਤਾਂ ਦੇ ਵਿੱਚ ਸੁੰਡੀ ਜ਼ਿਆਦਾ ਪੈਂਦੀ ਹੈ, ਤਾਂ ਟਾਈਮ ਤਾਂ ਆ ਗਿਆ ਹੁਣ, ਪਰੰਤੂ ਐਕਚੁਲੀ ਝੋਨਾ ਲੇਟ ਹੋ ਗਿਆ ਸਾ, ਸੀਜ਼ਨ ਲੇਟ ਹੋ ਗਿਆ, ਜਿਹਦੇ ਕਰਕੇ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਗੜਬੜ ਹੋ ਕੇ ਖਰਾਬ ਹੋ ਗਈਆਂ। ਤਾਂ ਮੇਰੇ ਖਿਆਲ 'ਚ ਮੈਨੂੰ ਕੰਕਲੂਡ ਕਰਾਂ, ਬਹੁਤ ਲੰਬੀ ਵੀਡੀਓ ਕਰਦੀ, ਕਿ ਇੱਕ ਤਾਂ ਪਾਣੀ ਦਿਨੇ ਲਾਉਣਾ, ਦੂਜਾ ਕਿਸਾਨਾਂ ਤਜਰਬਾ ਹੈਗਾ ਖੜ੍ਹੇ ਪਾਣੀ ਤੋਂ ਕਲੋਰੋਸਾਈਪਰ ਦਾ ਸਪਰੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ 50 ml ਕੋਰਾਜਿਨ ਵਾਲਾ ਸਾਲਟ ਸਪਰੇ ਕਰਨ ਨੂੰ ਕਹਿੰਦੀ ਹੈ ਜੇ ਤੁਹਾਡੇ ਖੇਤ 'ਚ ਸੁੰਡੀ ਪੈ ਗਈ ਤਾਂ। ਪਹਿਲਾਂ ਇਹ ਏਕਾਲੈਕਸ ਵਾਲਾ ਸਪਰੇ ਕਹਿੰਦੇ ਸੀਗੇ, ਭਾਵੇਂ ਏਕਾਲੈਕਸ ਵਾਲਾ ਸਾਲਟ ਕਰ ਲਓ ਅਤੇ ਭਾਵੇਂ ਇਹ ਕਰ ਲਓ, ਦੋਵਾਂ ਦੇ ਰਿਜ਼ਲਟ ਬਹੁਤ ਸੋਹਣੇ ਆਉਂਦੇ ਹੈ, ਠੀਕ ਹੈ। ਅਤੇ ਬਾਕੀ ਇਹਨਾਂ ਨੇ ਜਿਹੜਾ ਹੈਗਾ ਆਹ ਫਿਪਰੋਨਿਲ ਜਾਂ ਕਲੋਰੋ ਜ਼ਮੀਨ 'ਚ ਮਿੱਟੀ 'ਚ ਲਾ ਕੇ ਪਾਉਣ ਨੂੰ ਕਿਹਾ ਪਾਣੀ ਲਾਉਣ ਤੋਂ 2 ਦਿਨ ਪਹਿਲਾਂ, ਜੇਕਰ ਤੁਸੀਂ ਕਦੇ ਇਹ ਟਰਾਈ ਕਰਨਾ ਚਾਹੋ ਇਹ ਵੀ ਕਰ ਸਕਦੇ ਹੋ। ਪਰੰਤੂ ਮੇਰਾ ਨਿੱਜੀ ਤਜਰਬਾ ਜਿਹੜਾ ਹੈਗਾ ਕੋਰਾਜਿਨ ਵਾਲਾ ਸਾਲਟ,
ਤੇ ਇੱਕ ਅਲੈਕਸਲਾ ਸਾਲਟ, ਤੇ ਇੱਕ ਪਾਣੀ ਦਿਨੇ ਨਲਾਉਣਾ, ਤੇ ਇੱਕ ਖੜੇ ਪਾਣੀ ਦੇ ਵਿੱਚ ਜਿਹੜਾ ਹੈਗਾ ਕਲੋਰੋਸਾਈਪਰ ਦਾ ਸਪਰੇ ਕਰਨਾ। ਪਾਣੀ 'ਚ ਨਹੀਂ ਕਰਨਾ ਕਿਉਂਕਿ ਸੁੰਡੀ ਪੱਤਿਆਂ 'ਤੇ ਚੜੀ ਹੋਊਗੀ, ਉਹ 'ਤੇ ਸਪਰੇ ਮਾਰਨਾ ਵਧੀਆ ਢੰਗ ਨਾਲ ਕਰਨਾ ਪਊਗਾ ਤਾਂ ਕਿ ਸੁੰਡੀ ਸਾਰੀ ਮਰ ਕੇ ਡਿੱਗ ਪਵੇ। ਤਾਂ ਇਹਨਾਂ ਚੀਜ਼ਾਂ ਦੇ ਨਾਲ ਇਹਨੂੰ ਕੰਟਰੋਲ ਕੀਤਾ ਜਾ ਸਕਦਾ। ਬਾਕੀ ਅੱਗੇ ਤੋਂ ਧਿਆਨ ਰੱਖੋ, ਜਿੱਥੇ ਸੁੰਡੀ ਪੈਂਦੀ ਉੱਥੇ ਥੋੜ੍ਹੀ ਜਿਹੀ ਬਿਜਾਈ ਛੇਤੀ ਕਰ ਦਿਆ ਕਰੋ ਤਾਂ ਹੀ ਫਾਇਦਾ ਹੈ, ਕਿਉਂਕਿ ਨੁਕਸਾਨ ਹੋਣਾ ਤਾਂ ਤੁਹਾਡਾ ਹੋਣਾ, ਕੋਈ ਮੇਰੇ ਵਰਗੇ ਦਾ ਕਿਸੇ ਦਾ ਨਹੀਂ ਹੋਣਾ, ਤੇ ਨਿੱਜੀ ਨੁਕਸਾਨ ਬਚਾਉਣ ਦੇ ਲਈ ਆਪਣਾ ਥੋੜ੍ਹਾ ਜਿਹਾ ਸਾਵਧਾਨੀ ਵਰਤਣੀ ਬਣਦੀ ਹੈ। ਮਿਹਰਬਾਨੀ ਦੋਸਤੋ।